ਹਾਂਜੀ ਮਿੱਤਰ ਪਿਆਰਿਓ, ਕੀ ਹਾਲ ਆ? ਉਮੀਦ ਕਰਦਾ ਸਾਰੇ ਠੀਕ ਹੋਵੋਗੇ। ਆਪਾਂ ਖੜ੍ਹੇ ਹਾਂ ਖਨੌਰੀ ਬਾਰਡਰ 'ਤੇ। ਅੱਜ ਹੈਗੀ ਹੈ 17 ਤਰੀਕ, 17 ਜੁਲਾਈ, ਅਤੇ ਅੱਜ ਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਖਨੌਰੀ ਬਾਰਡਰ 'ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਆਪਣੇ ਪੰਜਾਬੀ ਕਿਸਾਨ ਭਰਾ ਸੀਗੇ ਉਹ ਡਟੇ ਹੋਏ ਨੇ, ਅਤੇ ਕਿਤੇ ਕੋਈ ਢਿੱਲ ਨਹੀਂ। ਸੁਣਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਸੀਗੀਆਂ ਵੀ ਕਿ ਉੱਥੇ ਸਟੇਜ ਬੰਦ ਹੋ ਗਈ, ਉੱਥੋਂ ਕਿਸਾਨ ਆ ਗਿਆ। ਦੇਖੋ ਮਿੱਤਰੋ, ਉਸੇ ਤਰ੍ਹਾਂ ਸਟੇਜ ਲੱਗੀ ਹੋਈ ਆ, ਬਹੁਤ ਵਧੀਆ ਪੰਡਾਲ ਬਣਿਆ ਹੋਇਆ, ਸਟੇਜ ਬਹੁਤ ਸੋਹਣੀ ਲੱਗੀ ਹੋਈ ਆ, ਕੂਲਰ ਵਗੈਰਾ ਇੱਥੇ ਪ੍ਰਬੰਧ ਹੈਗੇ ਨੇ, ਸ਼ੋਕਰਨ ਵੀਰੇ ਦੀ ਫੋਟੋ ਵੀ ਲੱਗੀ ਹੈ, ਹੈ ਨਾ, ਅਤੇ ਹੋਰ ਕਾਫੀ ਸਾਰੀਆਂ ਟਰਾਲੀਆਂ ਜਿੰਨੀਆਂ ਹੈਗੀਆਂ ਸੀਗੀਆਂ, ਅਤੇ ਅੰਡਰ ਸ਼ਡਿਊਲ ਇੱਥੇ ਟਰਾਲੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਸਹੀ ਤਰੀਕੇ ਨਾਲ। ਅਤੇ ਸਾਡੇ ਕਿਸਾਨ ਭਰਾ ਬੈਠੇ ਨੇ, ਵਹੀਕਲ ਦੀ ਬੈਠਾ, ਅਤੇ ਤੁਹਾਨੂੰ ਪੂਰਾ ਜੋ ਇੱਥੋਂ ਦਾ ਮਾਹੌਲ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਦੇਖ ਸਕਦੇ ਹੋ ਤੁਸੀਂ, ਮਤਲਬ ਕਿ ਜਿਹੜੀਆਂ ਕਾਨਿਆਂ ਦੀਆਂ ਛੰਨਾਂ ਬਣੀਆਂ ਹੋਈਆਂ ਨੇ, ਕਾਨਿਆਂ ਨੇ ਝੋਪੜੀਆਂ ਬਣੀਆਂ ਹੋਈਆਂ ਨੇ, ਆਰ ਪਾਰ ਹਵਾ ਕ੍ਰੋਸ ਹੁੰਦੀ ਹੈ, ਇਸ ਤਰ੍ਹਾਂ ਬਣਾਈਆਂ ਹੋਈਆਂ ਨੇ। ਅਤੇ ਇਹ ਟਰਾਲੀਆਂ ਸਾਰੀਆਂ ਜਿਹੜੀਆਂ ਪਹਿਲੇ ਦਿਨ ਇੱਥੇ ਆ ਕੇ ਲੱਗ ਗਈਆਂ ਸੀਗੀਆਂ, ਉਸੇ ਦਿਨ ਦੀਆਂ ਇਹ ਇੱਥੇ ਹੀ ਲੱਗੀਆਂ ਹੋਈਆਂ ਨੇ। ਸੋ ਬਾਈ ਹੋਰਾਂ ਨੇ ਪ੍ਰਬੰਧ ਬਹੁਤ ਤਕੜੇ ਕਰੇ ਹੋਏ ਨੇ। ਆਹ ਦੇਖੋ, ਇਹ ਪਤਾ ਨਹੀਂ ਕਿਹੜੇ ਪਿੰਡ ਦੀ ਹੈਗੀ, ਅਤੇ ਕਿੱਡਾ ਤਕੜਾ ਪ੍ਰਬੰਧ ਕਰਿਆ ਹੋਇਆ, ਟਰੱਕ ਦੀ ਬਾਡੀ ਤਿਆਰ ਕਰਕੇ ਕਮਰਾ ਹੀ ਤਿਆਰ ਕਰ ਲਿਆ ਇੱਥੇ ਪੱਕਾ ਹੀ, ਹੈ ਨਾ, ਅਤੇ ਬਹੁਤ ਤਕੜਾ ਪ੍ਰਬੰਧ ਹੈ। ਸੋ ਮਿੱਤਰੋ, ਖਨੌਰੀ ਬਾਰਡਰ 'ਤੇ ਰੌਣਕ ਜ਼ਰੂਰ ਪਹਿਲਾਂ ਨਾਲੋਂ ਘਟੀ ਹੋਈ ਹੈ, ਇਹ ਨਹੀਂ ਕਿ ਇੱਥੋਂ ਬੰਦ ਹੋ ਗਿਆ, ਬੰਦ ਨਹੀਂ ਇਹ ਹੋ ਸਕਦੇ, ਕਿਉਂਕਿ ਇਹ ਮਰਦਾਂ ਦੀਆਂ ਗੱਲਾਂ ਨੇ, ਅਤੇ ਮਰਦ ਕਦੇ ਛੱਡ ਕੇ ਮੈਦਾਨ ਨਹੀਂ ਭੱਜਦੇ ਹੁੰਦੇ, ਤੁਹਾਨੂੰ ਪਤਾ ਹੀ ਹੈ। ਆਹ ਲਗਭਗ ਪਿੱਛੇ ਤੁਸੀਂ ਕਰੀਲ ਚੈੱਕ ਕਰ ਲਓ ਆਪਣੀ, 1.5-2 ਕਿਲੋਮੀਟਰ ਤੱਕ ਆ ਇਹ ਜਿਹੜਾ ਧਰਨਾ, ਉਹ 1.5-2 ਕਿਲੋਮੀਟਰ ਲੰਬਾ ਹੈ, ਅਤੇ ਮਰਦਾਂ ਦੀਆਂ ਟਰਾਲੀਆਂ ਖੜ੍ਹੀਆਂ ਨੇ, ਅਤੇ ਮਰਦ ਇੱਥੇ ਡਟੇ ਹੋਏ ਨੇ, ਉਸੇ ਤਰ੍ਹਾਂ ਹੀ ਸਟੇਜ ਲੱਗਦੀ ਹੈ, ਅਤੇ ਉਸੇ ਤਰ੍ਹਾਂ ਹੀ ਪਿੱਛੇ ਤੁਸੀਂ ਦੇਖ ਸਕਦੇ ਹੋ ਆਹ ਹਰਿਆਣਾ ਪੁਲਿਸ ਆ ਖੜ੍ਹੀ ਹੈ ਇੱਧਰ, ਹੈ ਨਾ, ਅਤੇ ਇਹ ਡਟੀ ਹੋਈ ਹੈ ਆਪਦੀਆਂ ਡਿਊਟੀਆਂ 'ਤੇ, ਅਤੇ ਇੱਧਰੋਂ ਸਾਡੇ ਮਰਦ ਸੂਰਮੇ ਡਟੇ ਹੋਏ ਨੇ ਆਪਣੇ ਹੱਕ ਲੈਣ ਵਾਸਤੇ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਵੀਡੀਓ ਦੇਖਣ ਵਾਲਿਆਂ ਨੂੰ ਵੀਡੀਓ ਸ਼ੇਅਰ ਵੀ ਕਰ ਦਿਓ, ਅਤੇ ਜ਼ਰੂਰ ਅਰਦਾਸ ਬੇਨਤੀ ਕਰਿਓ ਇਹਨਾਂ ਮਰਦ ਦਲੇਰਾਂ ਵਾਸਤੇ, ਜਿਹੜੇ ਮਰਦ ਦਲੇਰ ਇੱਥੇ ਲੱਗੇ ਹੋਏ ਨੇ, ਡਟੇ ਹੋਏ ਨੇ, ਅਤੇ ਕੇਸਰੀ ਨਿਸ਼ਾਨ ਝੂਲ ਰਹੇ ਨੇ ਇੱਥੇ, ਸਾਡੀ ਜਿੱਤ ਦਾ ਪ੍ਰਤੀਕ ਹੁੰਦੇ ਨੇ ਇਹ ਕੇਸਰੀ ਨਿਸ਼ਾਨ, ਅਤੇ ਇੱਕ ਟਰਾਲੀ 'ਤੇ ਨਹੀਂ, ਕਾਫੀ ਸਾਰੀਆਂ ਟਰਾਲੀਆਂ 'ਤੇ ਇਹ ਕੇਸਰੀ ਨਿਸ਼ਾਨ ਝੂਲ ਰਹੇ ਨੇ, ਅਤੇ ਸਾਡੀ ਕਿਸਾਨੀ ਦੇ ਝੰਡੇ ਝੂਲ ਰਹੇ ਨੇ। ਸਾਡੇ ਪ੍ਰਧਾਨ ਜਗਜੀਤ ਸਿੰਘ ਜੀ ਡੱਲੇਵਾਲ, ਪ੍ਰਧਾਨ ਕੁਲਦੀਪ ਸਿੰਘ ਜੀ ਖਾਲਸਾ, ਅਤੇ ਬਲਕਰਨ ਮੀਤ ਪ੍ਰਧਾਨ ਜੀ, ਅਤੇ ਸਰਬਣ ਸਿੰਘ ਪੰਧੇਰ, ਹੋਰ ਕਿੰਨੇ ਨਾਮ ਨੇ ਜਿਹੜੇ ਇਸ ਕਿਸਾਨੀ ਸੰਘਰਸ਼ ਨੂੰ ਬਹੁਤ ਸੁਚੱਜੇ ਢੰਗ ਨਾਲ ਚਲਾ ਰਹੇ ਨੇ। ਸੋ ਮਿੱਤਰ ਪਿਆਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਸਾਡੇ ਕਿਸਾਨੀ ਸੰਘਰਸ਼ ਦੇ ਵਿੱਚ ਯੋਧਿਆਂ ਵਾਸਤੇ ਅਰਦਾਸ ਬੇਨਤੀ ਕਰੋ, ਤਾਂ ਜੋ ਆਪਾਂ ਜਿੱਤ ਪ੍ਰਾਪਤ ਕਰ ਸਕੀਏ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।